गर्मी में घर में 16 डिग्री पर एसी चलाने वाले सावधान हो जाएं, क्योंकि भवानीगढ़ में दुकान में एसी का कंप्रेसर फटा और दुकान में सिर्फ धुआं धुआं ही हो गया। इस पर जब एसी रिपेयर करने वाले मैकेनिक ने एसी देखा तो बताया कि क्यों कंप्रेसर से लगातार धुआं निकल रहा है और आग क्यों लगी। वहीं एसी रिपेयर मैकेनिक ने लोगों से हाथ जोड़कर अपील की। ਸੰਗਰੂਰ ਸੇ ਧਰਮਵੀਰ ਸਿੰਘ ਕੀ ਰਿਪੋਰਟ। ਇਹ ਘਟਨਾ ਹੋਈ ਆ ਹਾਈ ਟੈਂਪਰੇਚਰ ਦੀ, ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਆ ਬਹੁਤ ਜ਼ਿਆਦਾ ਅੱਪ ਹੋ ਰਿਹਾਗਾ, ਉਹਦੇ ਕਾਰਨ ਇਹ ਓਵਰਹੀਟ ਹੋਣ ਕਾਰਨ ਕੰਪਰੈਸਰ ਨੂੰ ਅੱਗ ਲੱਗ ਗਈ ਸੀਗੀ। ਠੀਕ ਹੈ, ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਕਿਸੇ ਪ੍ਰਕਾਰ? ਨਹੀਂ ਨਹੀਂ, ਜਾਨੀ ਨੁਕਸਾਨ ਹੋਣ ਤੋਂ ਬਚ ਗਿਆ, ਉਹਨਾਂ ਨੇ ਬੰਦ ਕਰਤੇ ਸੀ। ਜੇ ਚੱਲਦੀ ਰਹਿੰਦਾ ਥੱਲੇ ਨਾਵਾਂ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ। ਮੌਕੇ 'ਤੇ ਆ ਕੇ ਕੰਟਰੋਲ ਕੀਤਾ ਗਿਆ, ਉਹਨਾਂ ਨੇ ਸਾਨੂੰ ਕਾਲ ਕੀਤੀ, ਕਹਿੰਦੇ ਵੀ ਉੱਪਰੋਂ ਧੂਹਾਂ ਲਿਕੜ ਰਹੇ ਸੀ, ਅਸੀਂ ਜਲਦੀ ਜਲਦੀ ਜਾ ਕੇ ਇਹਨੂੰ ਏਸੀ ਨੂੰ ਬੰਦ ਕਰਿਆ ਅਤੇ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਹਾਂ ਜੀ ਅਸੀਂ। ਕਿਵੇਂ ਦੇਖਦੇ ਤੁਸੀਂ ਲੰਮੇ ਸਮੇਂ ਤੋਂ ਏਸੀ ਰਿਪੇਅਰਿੰਗ ਦਾ ਕੰਮ ਕਰਦੇ ਹੋ, ਇੱਦਾਂ ਦੀ ਘਟਨਾਵਾਂ ਕਿਉਂ ਹੁੰਦੀਆਂ ਨੇ, ਕੀ ਸਾਵਧਾਨੀਆਂ ਵਰਤਣੀ ਚਾਹੀਦੀਆਂ ਨੇ? ਸਾਵਧਾਨੀਆਂ ਤਾਂ ਆਪਾਂ ਨੂੰ ਇਹ ਵਰਤਣੀਆਂ ਚਾਹੀਦੀਆਂ ਨੇ ਵੀ ਇੱਕ ਤਾਂ ਏਸੀ ਨੂੰ ਆਪਣੇ ਸਾਹ ਦੇ ਵਿੱਚ ਲਗਾਇਆ ਜਾਵੇ, ਹਾਈ ਟੈਂਪਰੇਚਰ ਦਿਨੋਂ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ, ਏਸੀ ਨੂੰ ਸਾਹ ਦੇ ਵਿੱਚ ਲਵਾਇਆ ਜਾਵੇ, ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦੇਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੈੱਡ ਪਾਇਆ ਜਾਵੇ ਜੀ। ਤੇ ਇੱਕ ਹੋਰ ਕੋਇਲ ਆ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ, ਜਦੋਂ ਇਹ ਚੋਕ ਹੋ ਜਾਂਦੇ ਨੇ, ਹਵਾ ਕਰਾਸਿੰਗ ਆਉਣੋਂ ਹਟ ਜਾਂਦੀ ਹੈ, ਲੋਡ ਲੈਣ ਲੱਗਦੇ, ਉਸ ਤੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ।